ਕਿਹੜਾ ਵੀਰ ਆ ਵੀਰ ਪਠਾਨਕੋਟ ਤੋਂ ਲੈ ਕੇ ਆਉਂਦੇ ਸੀਗਾ, ਉਹਦਾ ਪਰਿਵਾਰ ਲੱਭਿਆ ਸੀ ਭੈਣੇ। ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ ਭੈਣ? ਕਿੱਦਾਂ ਵਾ? ਠੀਕ ਆ। ਹੋਰ ਸੁਣਾ ਕੀ ਹਾਲ ਆ? ਠੀਕ ਠਾਕ ਵਧੀਆ। ਇਹਦੇ ਪਰਿਵਾਰ ਇਹਦਾ ਮਤੇ? ਸਤਿ ਸ਼੍ਰੀ ਅਕਾਲ। ਕੀ ਗੱਲ ਹੋਈ ਮਾਤਾ ਜੀ ਨੂੰ? ਪਹਿਲਾਂ ਤਾਂ ਜੀ ਛੋਟਾ ਜਿਹਾ ਸੀ, ਅਸੀਂ ਦਵਾਈ ਖਵਾਉਂਦੇ ਰਹੇ ਤੇ ਅਸੀਂ ਰਹਿ ਕੇ ਚੌੜ ਚ ਵੀ ਬੱਚਾ ਚੌੜ ਕਰਦਾ। ਅੱਛਾ ਜੀ। ਵੀ ਉਹ ਚੱਲ ਬਚ ਕੋਣ ਆ ਇਹਦਾ, ਹੁਣ ਇਹ ਇਸ ਤਰ੍ਹਾਂ ਕਰਨ ਲੱਗ ਗਿਆ। ਕਦੋਂ ਕਦੋਂ ਕਰਦਾ ਇਦਾਂ? ਇਦਾਂ ਕਦੋਂ ਕਦੋਂ ਕਰਦਾ? ਹੁਣ ਤਾਂ ਇਹਨੂੰ 2-4 ਸਾਲ ਹੋ ਗਏ ਇਸ ਤਰ੍ਹਾਂ ਕਰਦੇ। ਅੱਛਾ। ਹੈ ਹੁਣ ਤਾਂ ਇਹਦਾ ਕੋਈ ਹਾਲ ਹੀ ਨਹੀਂ ਜੀ, ਅਸੀਂ ਬਹੁਤ ਪਰੇਸ਼ਾਨ। ਖੋਲਣਾ ਇਹ ਤੈਨੂੰ, ਖੋਲਣਾ ਦੇ ਨੂੰ। ਰੋਟੀ ਖਾਧੀ ਆ? ਰੋਟੀ ਖਾਧੀ ਆ? ਖਾਣੀ ਆ। ਖਾਣੀ ਆ, ਲੈ ਕੇ ਆਈਏ ਰੋਟੀ? ਰੋਟੀ ਖਵਾ ਦਾਂਗੇ ਤੁਹਾਡੇ ਹੱਥਾਂ ਦੀ ਖਾ ਲੂਗਾ। ਹਾਂ ਠੀਕ ਹੈ ਜੀ। ਪਾਣੀ ਦਿਓ, ਪਾਣੀ ਪੈ ਵੀ ਮਾਰੀ ਤਾਂ ਨੀ ਹੁੰਦਾ? ਕੋਈ ਦਵਾਈ ਜਿਹੜੀ ਚੱਲਦੀ ਹੈ ਨਾ ਉਹ ਵੀ ਦਵਾਈ ਦੇ ਦੋ ਮੈਨੂੰ। ਕੋਈ ਟੈਸਟ ਟੁਸਟ ਕਰਵਾਏ ਆ ਕੋਈ? ਹਾਂਜੀ, ਉੱਥੋਂ ਪਹਿਲਾਂ ਤਾਂ ਅਸੀਂ ਉੱਥੋਂ ਤਾਂ ਕਰਵਾਏ ਸੀ ਟੈਸਟ ਮੁਕਤਸਰ ਤਾਂ। ਹਾਂਜੀ, ਮੈਂ ਮੁਕਤਸਰ ਸਕੈਨਾ ਹੋਈਆਂ ਸਾਰਾ ਕੁਛ ਹੋਇਆ ਸੀ। ਫਿਰ ਜਦੋਂ ਅਸੀਂ ਹੁਸਨਪੁਰੋਂ ਦਵਾਈ ਦਵਾਈ, ਉਹਨਾਂ ਨੇ ਸਿੱਧੀ ਦਵਾਈ ਦਿੱਤੀ ਸੀ, ਕੋਈ ਟੈਸਟ ਨਹੀਂ ਕੀਤੀ। ਸਾਡੇ ਕੋਲ ਵੀ ਇਹਦੇ ਵਾਂਗੂ ਬੱਚਾ ਵਾ, ਉਹਦੀ ਕੱਲ੍ਹ ਦਵਾਈ ਦਵਾ ਕੇ ਲੈ ਕੇ ਆਏ ਜੀ। ਅੱਜ ਵੇਖੋ ਉਹਨੂੰ ਫਰਕ ਪੈਂਦਾ, ਵਾਹਿਗੁਰੂ ਮਿਹਰ ਕਰੇ। ਬੜਾ ਔਖਾ ਇਹਦਾ ਵੀ ਹਨਾ। ਇੱਦਾਂ ਨੀ ਕਰੀਦਾ ਫਿਰ, ਠੀਕ ਆ। ਨਹੀਂ ਮਾਤਾ, ਪਿੰਡ ਚ ਸੁਣਵਾਈ ਹੈਗੀ ਆ ਤੇ ਵੀਰ ਆਏ ਆ ਤੇਰੇ ਨਾਲ। ਮਾਤਾ ਰੋਣਾ ਨੀ ਆ, ਵਾਹਿਗੁਰੂ ਮਿਹਰ ਕਰੇ ਤੇ ਕੋਈ ਗੱਲ ਨੀ, ਅਸੀਂ ਲੈ ਕੇ ਚੱਲ ਜਾਂਦੇ ਆ। ਕੋਸ਼ਿਸ਼ ਇਹੋ ਕਰੋਗੇ, ਅਰਦਾਸ ਕਰਿਓ ਕਿ ਬਾਹਰ ਜਿਹਨੂੰ ਤੰਦਰੁਸਤ ਕਰੇ, ਛੇਤੀ ਇਹ ਘਰੇ ਆਵੇ। ਸਾਡੀ ਤਾਂ ਮਾਤਾ ਕੋਸ਼ਿਸ਼ ਰਹੂਗੀ, ਠੀਕ ਹੈ ਜੀ। ਜਿਹੜੀ ਦਵਾਈ ਚੱਲਦੀ ਹੈ ਦੱਸ ਦਿਓ ਕਿਹੜੀ ਦਵਾਈ ਚੱਲਦੀ ਆ। ਹਲੇ ਇੱਧਰ ਆ, ਕੋਲਡ ਡਰਿੰਕ ਪੀ। ਹਲੇ ਨਹੀਂ ਪੀ, ਮੇਰੇ ਹੱਥਾਂ ਦਾ ਪੀਲਾ, ਥੋੜ੍ਹਾ ਜਿਹਾ ਪੀਲਾ, ਥੋੜ੍ਹਾ ਪੀਲਾ ਪੀਲਾ, ਵੇਖ ਲਾ ਮੇਰਾ ਭਰਾ ਨੀ ਫਿਰ ਘੁੰਡ ਕਾ ਤੂੰ ਕੱਢੀ ਜਾਣਾ, ਸੰਗ ਲੱਗਦੀ ਆ। ਆਈ ਆਮ ਲੈਣੀ ਅੱਗੇ ਨਹੀਂ ਕਿਤਾ।
ਮਨੁੱਖਤਾ ਦੀ ਸੇਵਾ ਉੱਥੇ ਵੀ ਗਏ ਸੀਗੇ? ਹਾਂਜੀ ਉੱਥੋਂ ਮਤਲਬ ਹੁਸਨਪੁਰ ਜਿਹੜਾ ਲੁਧਿਆਣੇ ਵੀ ਫਿਰ ਮੈਂ ਤੈਨੂੰ ਖੋਲ ਦੇਣਾ ਹੁਣੇ, ਫਿਰ ਮੈਂ ਖੋਲੂਗਾ ਹਲੇ ਭੈਣ ਦੇ ਥਾਂ ਪੀਲਾ ਪੀਲਾ ਮੈਨੂੰ ਸ਼ਾਇਦ ਤੁਸੀਂ ਕੱਲ ਹੀ ਭੇਜੀ ਉਹ ਤਾਂ ਮੈਂ ਜਦੋਂ ਵੀਰ ਨੂੰ ਵੇਖਿਆ ਬੱਧਾ ਵਾ ਜੇ ਤੁਸੀਂ ਕਿਹਾ ਮੰਮੀ ਡੈਡੀ ਦੇ ਹੈਂਡੀਕੈਪ ਦਾ ਫਿਰ ਮੇਰਾ ਵੀ ਦਿਲ ਕੀਤਾ ਕਿ ਯਾਰ ਨਹੀਂ ਪਹਿਲਾਂ ਜਾਵਾਂ ਇਹਨਾਂ ਕੋਲ ਉਹਦਾ ਦੇ ਪਰਿਵਾਰ ਆਉਂਦੇ ਆ ਟੋਇਲਟ ਜਾਣਾ ਵਾ ਆ ਵੇਖੋ ਸਿੰਘ ਜੀ ਨੌਜਵਾਨ ਬੱਚਾ ਵਾ ਤੇ ਵੇਖੋ ਹਾਲਾਤ ਵੇਖ ਲਓ ਬੱਚੇ ਦੇ ਕਿ ਜਿੰਦਰਾ ਮਾਰਨਾ ਪਿਆ ਵਾ ਮੈਂ ਕਰਵਾ ਲਓ ਟੋਇਲਟ ਕਰਵਾ ਲਓ ਇੱਕ ਵਾਰੀ ਜੇ ਕਹਿੰਦਾ ਨਾ ਮੈਂ ਜਾਣਾ ਟੋਇਲਟ ਕਰਵਾ ਲਓ ਸਾਨੂੰ ਸਰ ਜੀ ਮਿਲਾਉ ਤਾਂ ਸਹੀ ਹਾਂਜੀ ਮਿਲਾਉਂਗੇ ਨਾ ਸਾਨੂੰ ਮਾਤਾ ਮੇਰੇ ਨਾਲ ਭਾਵੇਂ ਨਾਲ ਹੀ ਚੱਲ ਜਾ ਸਾਡੇ ਉੱਥੇ ਹੀ ਰਹਿ ਪਓ ਸਾਨੂੰ ਨਹੀਂ ਕੋਈ ਮੈਂ ਤਾਂ ਨਾ ਜੇਕਰ ਤੁਸੀਂ ਉੱਥੇ ਰਹਿਣਾ ਚਾਹੁੰਦੇ ਤਾਂ ਉੱਥੇ ਰਹਿ ਪਓ ਇਹ ਤਾਂ ਮੈਂ ਤਾਂ ਚੱਲ ਤੁਹਾਡਾ ਫਿਰ ਵੀ ਰੱਬ ਨੇ ਤੰਦਰੁਸਤੀ ਦਿੱਤੀ ਆ ਵੀਰ ਦੇ ਮਾੜਾ ਮੋਟਾ ਵਾ ਮੇਰੇ ਕੋਲ ਬੱਚਾ ਆਇਆ ਕੱਲ੍ਹ ਇਕੱਲਾ ਕਰਿਆ ਵਾ ਠੀਕ ਹੈ ਜੀ ਮੇਰੇ ਨਾਲ ਦੇ ਪਿੰਡ ਦਾ ਹੀ ਆ ਅਤੇ ਸਰੀਰ ਭਲਵਾਨ ਵਾਲਾ ਸਰੀਰ ਹੋਣਾ 6 ਫੁੱਟ ਵੀਰੇ ਕਰ ਦੇਣਾ ਮੁੰਡੇ ਦਾ ਠੀਕ ਹੈ ਅਤੇ ਬਚਪਨ ਤੋਂ ਹੀ ਦਿਮਾਗੀ ਅਪਸੈਟ ਬੱਚੇ ਵਾਲਾ ਦਿਮਾਗ ਆ ਮਤਲਬ ਦਿਮਾਗ ਨਾ ਵਿਕਸਿਤ ਨਹੀਂ ਹੋਇਆ ਰੋਈ ਜਾਂਦਾ ਮੰਮੀ ਕੋਲ ਜਾਣਾ ਵਾ ਮੰਮੀ ਕੋਲ ਜਾਣਾ ਵਾ ਉਹ ਦਿਮਾਗ ਨਹੀਂ ਵਿਕਸਿਤ ਦਿਮਾਗ ਨਹੀਂ ਵਿਕਸਿਤ ਆ ਅਤੇ ਉਮਰ ਉਹਦੀ 25 ਸਾਲ ਤੋਂ ਉੱਤੇ ਆ ਬੰਦ ਕਰਤੀ ਜੇ ਬੰਦ ਕੀਤੀ ਫਿਰ ਤੁਸੀਂ ਰੱਖ ਲੋ ਇਹਦੇ ਕੋਲ ਇਹ ਜਿਹੜੀ ਆਪਣੇ ਕੋਲ ਸੀ 2 ਟੈਬਲੇਟ ਜਿਹੜੀ ਸਹੀ ਹੈ ਹਾਂ ਸਾਨੂੰ ਵੀ ਸਾਡੇ ਕੋਲ ਹਾਂ ਉੱਥੇ ਤੁਸੀਂ ਵਰਤ ਲਿਓ ਜੇ ਇਹਨਾਂ ਨੇ ਮੰਨ ਕੇ ਰੱਖ ਲਿਓ ਡੇਟ ਐਕਸਪਾਇਰ ਹੋ ਜਾਂਦੀ ਹੈ ਉੱਥੇ ਮਰੀਜ਼ਾਂ ਦੇ ਕੰਮ ਆਈ ਜਾਂਦੀ ਹੈ ਹਾਂਜੀ ਆ ਜਿਹੜੀਆਂ ਆ ਤਾਂ ਰਾਤ ਨੂੰ ਕਹਿੰਦੇ ਸੀ ਹਾਂਜੀ ਇੱਕ ਤਾਂ ਆ ਗੋਲੀ ਇੱਕ ਆ ਗੋਲੀ ਇੱਕ ਆ ਗੋਲੀ ਇੱਕ ਆ ਗੋਲੀ ਇਹ ਰਾਤ ਨੂੰ ਹਾਂ ਇਹ ਰਾਤ ਨੂੰ ਠੀਕ ਹੈ ਜੀ ਜਿਹੜੀ ਸੇਮ ਹੀ ਆ ਜਿਹੜੀ ਉਹ ਖਾਂਦਾ ਨਾ ਜਿਹੜਾ ਫਲ ਲੈਂਦੀ ਜੀ ਅੱਛਾ ਉਹਦੇ ਕੋਲੇ ਵੀ ਉਹ ਵੀ ਹੋਈ ਆ ਹਾਂ ਥੋੜਾ ਫਰਕ ਹੈ ਇੱਕ ਦੀ ਗੋਲੀ ਵੈਸੇ ਨਾ ਆਪਾਂ ਉਹ ਵੀ ਡਾਕਟਰ ਨੂੰ ਉਸੇ ਨੂੰ ਵਿਖਾ ਕੇ ਨਾ ਉਹਦੀ ਵੀ ਦਵਾਈ ਚਲਾਈਏ ਇਹਦੀ ਵੀ ਵੀਰ ਦੀ ਸਾਡੇ ਨਾਲ ਉੱਥੇ ਹੈਗਾ ਹਸਪੀਟਲ ਹੈਗਾ ਵਾ ਬਸ ਠੀਕ ਹੈ ਉੱਥੇ ਹੈਗਾ ਹੀ ਨੇੜੇ ਆ ਹੈਗਾ ਨਹੀਂ 30 40 ਕਿਲੋਮੀਟਰ ਨਹੀਂ ਆਪਣਾ ਵਿੱਚ ਹੀ ਨਹੀਂ ਹੈਗਾ ਸਾਨੂੰ 30 ਕਿਲੋਮੀਟਰ ਪੈਂਦਾ ਉਹ ਠੀਕ ਹੈ ਜੀ ਤੇ ਉੱਥੇ ਜਾ ਕੇ ਉਹ ਸਪੈਸ਼ਲ ਦਿਮਾਗ ਦਾ ਹੀ ਆ ਜੇਕਰ ਅੱਗੇ ਸਾਡੇ ਪਿੰਡੋਂ ਦਵਾਈ ਆ ਹੋਰਾਂ ਦੀ ਵੀ ਦਵਾਈ ਦਾ ਇੱਥੇ ਫਰਕ ਪੈ ਗਿਆ ਕੋਸ਼ਿਸ਼ ਕਰਦੇ ਮਹਾਰਾਜ ਸੁੱਖ ਰੱਖੇ ਹਸਪੀਟਲ ਵੀ ਕਰ ਗਏ ਹਨਾ ਜੀ ਚਲ ਹੌਲੀ ਹੌਲੀ ਰੱਬ ਮਿਹਰ ਕਰੇ ਹਾਂਜੀ ਅੱਛਾ ਦਿਨੇ ਦਿੰਦੇ ਆ ਦਿਨੇ ਇਹ ਰਾਤ ਵਾਲੀ ਆ ਰਾਤ ਵਾਲੀ ਆ ਆ ਦਿਨੇ ਆ ਆ ਦਿਨੇ ਆ ਵੇਖੋ ਨਹੀਂ ਬਾਪੂ ਜੀ ਆ ਰਾਤ ਵਾਲੀ ਆ ਹਾਂ ਬਾਬਾ ਜੀ ਬੈਠਣਗੇ
ਆਂਟੀ ਆ ਜਾਓ ਤੁਸੀਂ ਵੀ ਨਾਲ ਹੀ ਅਭੀ ਆਉਣ ਲੱਗੀ ਆ ਮਾਈ ਧੰਨ ਗੁਰੂ ਰਾਮਦਾਸ ਇੱਥੋਂ ਘੁੰਮ ਜਾਣੀ ਵੀ ਤੇਰਾ ਨਾਂ ਕੀ ਤੇਰਾ ਤੇਰਾ ਨਾਂ ਕੀ ਆ ਹੈ ਤੇਰਾ ਨਾਂ ਕੀ ਆ ਮੇਰੀ ਗੱਲ ਸੁਣੋ ਤੇਰਾ ਨਾਂ ਕੀ ਆ ਮੰਗਲ ਤੇਰਾ ਨਾਂ ਹੀ ਹੈ ਨਾ ਤੇ ਉਹ ਬਾਈ ਬਾਹਰ ਲਿਖੋਵੇ ਮੈਨੂੰ ਅਵੇ ਅਵੇ ਨਿਕਲਦੇ ਹਾਂ ਨਿਕਲਦੇ ਹਾਂ ਚਲ ਚਲ ਧੰਨਵਾਦ ਵੀਰ ਜੀ ਓਕੇ ਓਕੇ ਜੀ